ਸ੍ਰੀ ਮਾਨ ਨੂੰ ਮਹਿਮਾ ਦਿੰਦਾ ਆਮੇਨ ਭਾਈ ਭਾਈ ਸ਼ਿਆਮਾ ਭਾਈ ਜੀ ਦੀ ਔਰ ਸਾਰੀ ਟੀਮ ਦੀ ਜੁਗਤ ਆਕਾਰ ਤੁਹਾਨੂੰ ਇਹਨਾਂ ਵਾਰੀ ਇੰਤਜ਼ਾਰ ਕੀਤਾ ਔਰ ਮੈਂ ਤਾਂ ਮੈਂ ਸੀ ਕਿਸ ਨੇ ਔਰ ਬੜੇ ਪਿਆਰੇ ਗੀਤ ਸੁਣੇ ਜੀ ਪ੍ਰਭੂ ਦਾ ਧੰਨਵਾਦ ਜੀ ਨਾਮ ਮਹਿਮਾ ਔਰ ਮੈਂ ਇਹ ਸੋਚ ਰਿਹਾ ਸੀ ਕਿ ਸ਼ਾਇਦ ਅੱਜ ਗਵਾਈ ਦਾ ਸਮਾਂ ਨਹੀਂ ਮਿਲੇਗਾ ਭਾਈ ਕਹਿ ਰਹੇ ਸਨ ਕਿ ਸ਼ਾਮ ਦੇ ਸਮੇਂ ਤੱਕ ਗਵਾਈ ਰਵਾਂਗੇ ਔਰ ਸਿੱਧਾ ਮੈਸੇਜ ਟਾਈਮ ਦੇ ਤਾਂ ਮੈਂ ਕਿਉਂ ਸਮਾਂ ਟਲ ਗਿਆ ਅਗਰ ਫਿਰ ਪ੍ਰਭੂ ਨੇ ਚਾਹਿਆ ਤਾਂ ਗਵਾਈ ਰਵਾਂਗੇ ਔਰ ਪ੍ਰਭੂ ਦਾ ਧੰਨਵਾਦ ਵਿੱਚ ਮੈਂ ਸੋਚ ਰਿਹਾ ਸੀ ਖੁਦਾਵਾਂ ਨੇ ਸਾਡੇ ਭਾਈ ਨੂੰ ਪ੍ਰੇਰਨਾ ਦਿੱਤੀ ਔਰ ਪ੍ਰਭੂ ਦਾ ਬਹੁਤ ਧੰਨਵਾਦ ਮੇਰੀ ਛੋਟੀ ਗਵਾਹੀ ਦੇ ਲਈ ਮੈਨੂੰ ਫਿਰ ਮੌਕਾ ਮਿਲਿਆ ਹੈ ਔਰ ਮੈਂ ਦੱਸਣਾ ਚਾਹੁੰਦਾ ਹਾਂ ਮੇਰਾ ਨਾਮ ਨਿਰਮਲ ਮਸੀਹ ਹੈ ਔਰ ਡਿਸਟ੍ਰਿਕਟ ਫਿਰੋਜ਼ਪੁਰ ਦੇ ਪਿੰਡ ਮੱਖੂ ਵਿੱਚ ਰਹਿ ਕੇ ਕਸਕੀ ਮੱਖੂ ਵਿੱਚ ਰਹਿ ਕੇ ਮੈਂ ਪ੍ਰਭੂ ਦੀ ਸੇਵਾ ਪਿਛਲੇ 2000 ਸਨ 12 ਤੋਂ ਕਰ ਰਿਹਾ ਹਾਂ ਔਰ ਪ੍ਰਭੂ ਦਾ ਧੰਨਵਾਦ ਵੀ ਖੁਦਾਵਰ ਨੇ ਇਹਨਾਂ ਪਿਛਲੇ 5-6 ਸਾਲਾਂ ਵਿੱਚ ਸਾਨੂੰ ਬਰਕਤ ਦਿੱਤੀ ਹਰ ਤਰ੍ਹਾਂ ਦੇ ਨਾਲ ਸਾਨੂੰ ਵਧਾਇਆ ਭਾਈ ਦਿੱਤੀ ਭੈਣਾਂ ਦਿੱਤੀ ਭੈਣਾਂ ਦੇ ਜਿਹੜੀਆਂ ਸੱਚੀਆਂ ਭੈਣਾਂ ਜਿਹਨਾਂ ਦੇ ਕਲਾਮ ਸਮਝ ਵਿੱਚ ਆਇਆ ਔਰ ਪ੍ਰਭੂ ਦਾ ਧੰਨਵਾਦ ਮੇਰੇ ਨਾਮ ਨੂੰ ਬਾਈ ਮਾਨੀ ਉਹਦੇ ਨਾਮ ਇੱਜ਼ਤ ਅਤੇ ਜਲਾਲ ਮਿਲੇ ਔਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਕਿੱਦਾਂ ਜਦੋਂ ਇਸ ਦੇਸ਼ ਵਿੱਚ ਆਏ ਔਰ ਕਿੰਨੀ ਬਰਕਤ ਮਿਲੀ ਪ੍ਰਭੂ ਦੇ ਲਈ ਪ੍ਰਭੂ ਦਾ ਧੰਨਵਾਦ ਹੋਵੇ ਔਰ ਮੈਂ ਦੱਸਣਾ ਚਾਹੁੰਦਾ ਸੇਵ ਭਾਈ ਦੇ ਲਈ ਮੈਨੂੰ ਮੇਰੀ ਸੇਵਕ ਪਾਸਟਰ ਸਾਹਿਬ ਮਸੀਹ ਨੇ ਮਸਾ ਕੀਤਾ ਔਰ ਉਹਨਾਂ ਮੇਰਾ ਬਹੁਤ ਪਿਆਰ ਹੈ ਔਰ ਉਹਨੂੰ ਵਿਆਹ 'ਚ ਵੀ ਪਿਆਰ ਕਰਦਾ ਹੈ ਔਰ ਪ੍ਰਭੂ ਦਾ ਧੰਨਵਾਦ ਉਸ ਚੰਗੇ ਭਾਈ ਦੇ ਲਈ ਔਰ ਮੈਂ ਦੱਸਣਾ ਚਾਹੁੰਦਾ ਹਾਂ ਜਦੋਂ ਉਸ ਦੇਸ਼ ਵਿੱਚ ਅਸੀਂ ਸ਼ੁਰੂ ਵਿੱਚ ਹੋਏ ਤਾਂ ਇੱਦਾਂ ਹੀ 13-14 ਵਿੱਚ ਪਤਾ ਲੱਗਾ ਕਿ ਕੱਲ੍ਹ ਚੱਲ ਰਿਹਾ ਆ ਖੁਦਾ ਖੁਦਾ ਪਰਮੇਸ਼ਵਰ ਦਿੱਤੇ ਆ ਔਰ ਮੈਨੂੰ ਵੀ ਪਤਾ ਲੱਗਾ ਕਿ ਇਹ ਦਿੱਲੀ ਵਾਲੇ ਭਾਈ ਆ ਭਾਈ ਆਸ਼ੀਸ਼ ਹੋਣੀ ਨੂੰ ਇਸ ਇਹਨਾਂ ਗੱਲਾਂ ਨੂੰ ਪੰਜਾਬ ਵਿੱਚ ਕਰ ਰਹੇ ਨੇ ਪਰ ਉਦੋਂ ਮੈਂ ਪਹਿਲੀ ਵਾਰੀ ਭਾਈ ਆਸ਼ੀਸ਼ ਦੀਆਂ ਮੀਟਿੰਗਾਂ ਵਿੱਚ ਦੇਖਿਆ ਔਰ ਮੇਰੇ ਮਨ 'ਚ ਇਹ ਆਇਆ ਕਿ ਆਪਾਂ ਇਸ ਕਲਪ ਵਿੱਚ ਨਹੀਂ ਫਸਣਾ ਇਸ ਗੱਲ ਵਿਵਾਦ ਵਿੱਚ ਨਹੀਂ ਫਸਣਾ ਸਿਰਫ ਭਾਈ ਦੀ ਮੀਟਿੰਗ ਸੁਣੋ ਕਲਾਮ ਸੁਣੋ ਉਹ ਗਿਫਟਡ ਭਾਈ ਹੈ ਔਰ ਸਿਰਫ ਬੱਚੇ ਨੂੰ ਸੁਣੋ ਤਾਂ ਕਿ ਅਸੀਂ ਬੱਚੇ ਤੋਂ ਬਰਕਤ ਪਾਈਏ ਔਰ ਮੈਂ ਦੱਸਣਾ ਚਾਹੁੰਦਾ ਜਦੋਂ ਅਸੀਂ ਇੱਦਾਂ ਮੀਟਿੰਗਾਂ 'ਤੇ ਜਾ ਕੇ ਰਹੇ ਔਰ ਮੈਂ ਇਸ ਗੱਲ ਨੂੰ ਰੱਖਿਆ ਕਿ ਅਸੀਂ ਇਸ ਸਕੂਚਨ ਵਿੱਚ ਨਹੀਂ ਹੁੰਦੇ ਪਰ ਅਚਾਨਕ ਪਿਛਲੇ 2016 ਨਹੀਂ ਗਿਆ 15 ਦੇ ਅਕਤੂਬਰ ਨਵੰਬਰ ਵਿੱਚ ਅਚਾਨਕ ਹੀ ਅਸੀਂ ਮੈਂ ਆਪਣੇ ਰੋਪੜ ਤੋਂ ਖੁਦਾ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ ਔਰ ਜਿੱਦਾਂ ਹੀ ਮੈਂ ਪੜ੍ਹਨਾ ਸ਼ੁਰੂ ਕਰਤਾ ਨਾਲ ਹੀ ਅਚਾਨਕ ਸਾਡੀ ਸਾਰੀ ਕਲੀਸਿਆ ਨੇ ਉਸ ਗੱਲ ਨੂੰ ਮੰਨ ਲਿਆ ਔਰ ਸਾਰੇ ਦੇ ਸਾਰੇ ਹੀ ਖੁਦਾ ਸ਼ਬਦ ਪੜ੍ਹਨ ਲੱਗ ਪਏ ਔਰ ਅਸੀਂ ਸਾਰੇ ਬੜੇ ਖੁਸ਼ ਹਾਂ ਔਰ ਬੜੇ ਆਨੰਦ ਵਿੱਚ ਸੀ ਪਰ ਇੱਕ ਦਿਨ ਕੀ ਹੋਇਆ ਮੈਂ ਦੱਸਣਾ ਚਾਹੁੰਦਾ ਦੋ ਘਟਨਾਵਾਂ ਹੋਈਆਂ ਭਾਈ ਮਲੋਰ ਦੇ ਚਰਚ ਵਿੱਚ ਇੱਕ ਭਾਈ ਆ ਸਾਡੇ ਬਹੁਤ ਤੋਂ ਉੱਥੇ ਜਾ ਕੇ ਲੁਧਿਆਣੇ ਜਾ ਕੇ ਵਸੇ ਆ ਉਹ ਨੌਕਰੀ ਕਰ ਰਹੇ ਆ ਔਰ ਉਹ ਭਾਈ ਜਦੋਂ ਮੱਖੂ ਆਏ ਤਾਂ ਉਹਨਾਂ ਨੇ ਇੱਕ ਪ੍ਰਚਾਰ ਜਦੋਂ ਵੀ ਉਹ ਭਾਈ ਮੱਖੂ ਆਉਂਦੇ ਹਨ ਅਸੀਂ ਉਹਨਾਂ ਨੂੰ ਟਰ ਸਮਾਂ ਦਿੰਦੇ ਹਾਂ ਪ੍ਰਚਾਰ ਕਰਦੇ ਨੇ ਔਰ ਭਾਈ ਨੇ ਜਦੋਂ ਪ੍ਰਚਾਰ ਲੱਗਿਆ ਬਹੁਤ ਵਧੀਆ ਪ੍ਰਚਾਰ ਭਾਈ ਨੇ ਕੀਤਾ ਔਰ ਜਦੋਂ ਪ੍ਰਚਾਰ ਕੀਤਾ ਤਾਂ ਭਾਈ ਨੇ ਪ੍ਰਚਾਰ ਵਿੱਚ ਪਰਮੇਸ਼ਵਰ ਸ਼ਬਦ ਬੋਲਿਆ ਬਹੁਤ ਬੜਾ ਗਹਿਰਾ ਮੈਸੇਜ ਉਹਨਾਂ ਰੱਖਿਆ ਸ਼ਾਇਦ ਕੋਈ ਫੋਰਨ ਤੋਂ ਭਾਈ ਆਇਆ ਸੀਗਾ ਤਾਂ ਸੁਣਿਆ ਸੀਗਾ ਉਹਨਾਂ ਨੇ ਬੜਾ ਗਹਿਰਾ ਮੈਸੇਜ ਰੱਖਿਆ ਔਰ ਮੈਂ ਬਹੁਤ ਆਨੰਦ ਮਨਾਇਆ ਪਰ ਜਿੱਦਾਂ ਹੀ ਮੈਸੇਜ ਖਤਮ ਹੋਇਆ ਸਾਡੀ ਸਾਰੀ ਕਲੀਸਿਆ ਦੇ ਭਾਈਆਂ ਦੇ ਜਿਹੜੇ ਮੂੰਹ ਸਾਨੂੰ ਉਤਰੇ ਹੋਏ ਸਨ ਮੈਂ ਕਿਹਾ ਭਾਈ ਉਹ ਇਹ ਕੀ ਗੱਲ ਆ ਕਿ ਉਹ ਕਿਤੇ ਭਾਈ ਜੀ ਭਾਈ ਨੇ ਪਰਮੇਸ਼ਵਰ ਸ਼ਬਦ ਆਇਆ ਔਰ ਜਦੋਂ ਉਹਨਾਂ ਨੇ ਤਾਂ ਮੈਂ ਇਸ ਗੱਲ ਨੂੰ ਦੇਖਿਆ ਕਿ ਹੁਣ ਕੋਈ ਭਾਈ ਸੇਵਕ ਆਏਗਾ ਔਰ ਉਹ ਇਸ ਗੱਲ ਨੂੰ ਮਤਲਬ ਕੀ ਅਗਰ ਉਪਰ ਤੋਂ ਪ੍ਰਚਾਰ ਕਰੇਗਾ ਤਾਂ ਇਹਦਾ ਮਤਲਬ ਵੀ ਕੋਈ ਦੂਜੇ ਭਾਈ ਨੂੰ ਸਹਿਣ ਹੀ ਨਹੀਂ ਕਰੇਗਾ ਔਰ ਅਸੀਂ ਜਿਹੜਾ ਪਹਿਲਾਂ ਖੁਦਾ ਬੋਲਣ ਲੱਗ ਪਏ ਸੀ ਬਾਏ ਚਾਂਸ ਹੀ ਬੋਲਣ ਲੱਗ ਪਏ ਸੀ ਔਰ ਮੈਂ ਤੁਹਾਨੂੰ ਰੀਅਲ ਦੱਸਣਾ ਚਾਹੁੰਦਾ ਮੈਂ ਇੱਥੇ ਕੋਈ ਖੋਜ ਨਹੀਂ ਸੀ ਕੀਤੀ ਇਹਦੇ ਉੱਤੇ ਮੈਂ ਕੋਈ ਪੜ੍ਹਾਈ ਨਹੀਂ ਸੀ ਕੀਤੀ ਇਵਨ ਮੈਨੂੰ ਦਾ ਮੈਸੇਜ ਵੀ ਮੈਂ ਬਹੁਤ ਚੰਗੀ ਤਰ੍ਹਾਂ ਨਹੀਂ ਸੀ ਪੜ੍ਹਿਆ ਪੁਰਾਣਾ ਹੀ ਮੈਸੇਜ ਪੜ੍ਹਿਆ ਸੀ ਅਚਾਨਕ ਅਸੀਂ ਕਹਿਣ ਲੱਗ ਪਏ ਪਰ ਮੈਂ ਉਦੋਂ ਅਨੈਲਿਸਿਸ ਕੀਤਾ ਇਸ ਗੱਲ ਨੂੰ ਕਿ ਕਿੱਡੀ ਵੱਡੀ ਇੱਕ ਖੱਡ ਪੈ ਰਹੀ ਆ ਪੰਜਾਬ ਵਿੱਚ ਕਿ ਭਾਈ ਭਾਈਆਂ ਨੂੰ ਸੁਣਨ ਦੇ ਲਈ ਤਿਆਰ ਨਹੀਂ ਹੈ ਕਿੰਨਾ ਵਧੀਆ ਉਸ ਭਾਈ ਨੇ ਮੈਸੇਜ ਰੱਖਿਆ ਔਰ ਫਿਰ ਜਦੋਂ ਅਸੀਂ ਕਿੱਦਾਂ ਪੈਂਟੀਕੋਸਟ ਉਸ ਭਾਈ ਨੂੰ ਗਵਾਹੀ ਦੇ ਰਹੇ ਔਰ ਜਦੋਂ ਅਸੀਂ ਫਿਰ ਆਪਣੇ ਦਾਦਕੇ ਪਿੰਡ ਕਿਹੜੀਆਂ ਦੁਆਰੀ ਕਹਿਣ ਲੱਗ ਗਈ ਉਹਦੀ ਗਵਾਹੀ ਦੇ ਰਿਹਾ ਸੀਗਾ ਤੁਸੀਂ ਪੈਂਟੀਕੋਸਟ ਉਸ ਭਾਈ ਨੂੰ ਜਦੋਂ ਅਸੀਂ ਗਵਾਹੀ ਦੇ ਰਹੇ ਸੀ ਤਾਂ ਉਹਨੇ ਮੈਨੂੰ ਕਿਹਾ ਤੁਸੀਂ ਮੈਨੂੰ ਗਵਾਹੀ ਦੇ ਰਹੇ ਹੋ ਤੁਸੀਂ ਮੈਨੂੰ ਕਹਿ ਦਿਓ ਕਿ ਤੁਸੀਂ ਆਹ ਗੱਲਾਂ ਨਹੀਂ ਮੰਨਦੇ ਆਹ ਨਹੀਂ ਮੰਨਦੇ ਤੁਸੀਂ ਖੋਲ ਜੋ ਬਾਈਬਲ ਜਿੱਦਾਂ ਲਿਖੀ ਉਹਦਾ ਤਾਂ ਪੜ੍ਹਦੇ ਹੀ ਨਹੀਂ ਔਰ ਮੈਂ ਬਣਾ ਲਾਇਆ ਅਤੇ ਔਰ ਉਸ ਬੰਦੇ ਨੇ ਇਸ ਗੱਲ ਤੋਂ ਠੋਕਰ ਵੀ ਖਾਧੀ ਉਸ ਦੇਸ਼ ਵਿੱਚ ਖਾਧੀ ਹੈ ਪਰ ਮੈਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ ਕਿ ਵਾਕਈ ਅਸੀਂ ਕਿੱਦਾਂ ਦੀ ਗੱਲ ਵਿੱਚ ਫਸ ਚੁੱਕੇ ਹਾਂ ਇਹ ਖੁਦਾ ਪਰਮੇਸ਼ੁਰ ਦੇ ਮਸਲੇ ਵਿੱਚ ਅਸੀਂ ਫਸ ਚੁੱਕੇ ਹਾਂ ਫਿਰ ਉਸ ਤੋਂ ਬਾਅਦ ਮੈਂ ਇਸ ਗੱਲ 'ਤੇ ਵਿਚਾਰ ਕਰਨਾ ਸ਼ੁਰੂ ਕੀਤਾ ਔਰ ਮੈਂ ਤੇ ਪੜ੍ਹਨਾ ਸ਼ੁਰੂ ਕੀਤਾ ਦੇਖਣਾ ਸ਼ੁਰੂ ਕੀਤਾ
और जो मैं देखिया तो भाईओ मैं देखिया कि यह जो शब्द है जरा इन बवाद लैके किया जाता यह बिल्कुल झूठी तलीम है और जिगरा से मैं अपने सेवक भाई पास साइन किया और बड़ी बड़ी उन्होंने कहा पासी आप इस गल चु बाहर निकल रहे ये ठीक तलीम नहीं है मैं इस चीज नैन चलना चाहता उन्होंने कहा नहीं नहीं आप चलना है कोई गल नहीं इदा ना करो थोड़ा प्रभाव खत्म हो जाएगा इदा हो जाएगा उदा हो जाएगा पर मैं क्या नहीं हूँ ये गलत तलीम है मैं ये बहुत ज्यादा नहीं चल सकता फिर उस बाद खुदावर ने मेरी कृपा दी मैं भाई मैंने मिले और उन्होंने कहा कि मैं जल्दी बुला लिया अपने को और प्रभु धन्यवाद खुदावर ने मेरी कृपा दी एदा 6-7-8 महीने असं उस कल्च में फसे रहे और प्रभु धन्यवाद खुदावर ने मेरी हिम्मत दी और मैं इस कल्च में इस झूठी तलीम बाहर निकल आया पढ़िया इतिहास देखिया और खुदा शब्द से स्टडी की जैरोएस्टर जिन्हें इस शब्द लैके आता और पता लगा कि जेडे इस सारा एक लोगों को फसाया जा रहा है लोगों का शिकार किया जा रहा है गलत तरीम के और प्रभु धन्यवाद उन्हें मेरी कृपा दी है और खैर मैं हूँ इन्होंने स्टडी बड़ी गलत रख नहीं सकता पर अगर कभी मौका मिले कले कले मिलन का या छोटी छोटी सेवकावान सुभाव में आपका मौका मिले तो मैं उन्होंने गलों जो मैं अपनी स्टडी में लैके आई हाँ जो मैं पता लगियां हाँ मैं उन्होंने गलों को प्रभु ने कृपा की जरूर रखा पर मैं तुम्हें यह भरोसा दवाना चाहता हाँ कोई भी इस तरीम ना फसल ना फसी जो संदेश कहता है वो लाइन में रही भाई कल भी सधारण का संदेश 106 पैरे गया तुम किसी भी गल का कोई मतलब क्ढन की कोशिश ना करो अब मतलब कटिया जा रहा कि नबी ने यही कहा कि इंडिया में ईश्वर या ईशी कहा जाता है यदा मतलब कटिया जा रहा है पर मैं दसना चाहना यह झूठी तलीम है और मैं प्रभु का धन्यवाद हालेलुया और मेरे भाई ने मेरे चुनी हुई दी कृपा दी है आमीन और प्रभु ने हमको भाई का के काम में सत्य जिला मिली भाई हरि प्यार ही प्रभु का धन्यवाद दी और तेरे सपना दी प्यार दी मैं प्रभु का धन्यवाद करता हूं प्रभु यीशु मसीह के नाम में भाई ने